ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੀ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਅਸੀਂ ਤੁਹਾਡੇ ਸਾਰੇ ਵੀਰਾਂ ਲਈ ਲੈ ਕੇ ਆਏ ਹਾਂ ਬਰੀਕ ਵਟਾਂ ਵਾਲੀ ਪੱਗ। ਮੈਕਸੀਮਮ ਵੱਟ ਪਾਏ ਜਾਣਗੇ ਪੱਗ ਦੇ ਵਿੱਚ, ਕੋਈ ਪਿੰਨ ਦੀ ਵਰਤੋਂ ਨਹੀਂ ਕੀਤੀ ਜਾਏਗੀ। ਬਿਨਾਂ ਪਿੰਨ ਦੀ ਵਰਤੋਂ ਨਾਲ ਕਿਵੇਂ ਵੱਟ ਪਾਉਣੇ ਹੈ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਜਾਏਗਾ। ਇੱਕ ਇੱਕ ਗੱਲ ਚੰਗੀ ਤਰ੍ਹਾਂ ਨੋਟ ਕਰਿਓ ਤੁਸੀਂ, ਅਤੇ ਤੁਸੀਂ ਵੀ ਬਰੀਕ ਵਟਾਂ ਵਾਲੀ ਪੱਗ ਬੰਨ ਪਾਓਗੇ। ਪਿੱਛੋਂ ਲੜ ਲਿਆਉਣਾ, ਪਹਿਲੇ ਲੜ ਦੇ ਵਿੱਚ ਵੀ ਆਪਾਂ ਵੱਟ ਪਾਉਣੇ ਆ, ਉੱਪਰੋਂ ਇੱਕ ਇੱਕ ਪੱਲਾ ਚੱਕਣਾ, ਨਾਲ ਜੋੜਾਂਗੇ ਪੱਲਿਆਂ ਨੂੰ ਜਿਵੇਂ ਕਿ ਤੁਸੀਂ ਲੜ ਦੇ ਵਿੱਚ ਦੇਖ ਰਹੇ ਹੋ ਵੀਡੀਓ ਦੇ ਵਿੱਚ। ਵੀਡੀਓ ਨੂੰ ਐਂਡ ਤੱਕ ਦੇਖੋ, ਸਕਿੱਪ ਨਾ ਕਰਿਓ। ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਬੇਸ ਅਤੇ ਪੂਣੀ ਦੀ ਵੀਡੀਓ ਸਾਡੇ ਚੈਨਲ ਦੇ ਵਿੱਚ ਪਈ ਹੋਈ ਹੈ, ਜਾ ਕੇ ਇੱਕ ਵਾਰੀ ਚੈੱਕ ਕਰਿਓ। ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਲਿਓ, ਸਭ ਤੋਂ ਪਹਿਲੇ ਅਪਡੇਟ ਤੁਹਾਨੂੰ ਉੱਥੇ ਦਿੰਦੇ ਹਾਂ ਸਾਡੀ ਕਿਹੜੀ ਨਵੀਂ ਵੀਡੀਓ ਆਉਣ ਵਾਲੀ ਹੈ। ਇੰਸਟਾਗ੍ਰਾਮ 'ਤੇ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਸੀ ਕਿ ਸਾਡੀ ਇੱਕ ਬਰੀਕ ਵੱਟ ਪਾਉਣੇ ਤੁਹਾਨੂੰ ਸਿਖਾਵਾਂਗੇ ਬਿਨਾਂ ਪਿੰਨ ਦੀ ਵਰਤੋਂ ਤੋਂ, ਅਤੇ ਇਸ ਲਈ ਵੀਡੀਓ ਪੂਰੀ ਐਂਡ ਤੱਕ ਦੇਖਿਓ, ਬਹੁਤ ਕੁਝ ਸਿੱਖਣ ਨੂੰ ਮਿਲੇਗਾ ਵੀਡੀਓ ਦੇ ਵਿੱਚ ਤੁਹਾਨੂੰ। ਜਿਹਦੇ ਸਕਿੱਪ ਕਰ ਦਿਓ ਤੁਸੀਂ ਬਹੁਤ ਕੁਝ ਸਕਿੱਪ ਕਰ ਦਿਓਗੇ ਯਾਰ, ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਵੀਡੀਓ ਦੇ ਵਿੱਚ, ਤੁਹਾਨੂੰ ਸਮਝ ਆ ਜਾਏਗਾ ਕਿਵੇਂ ਬਰੀਕ ਵੱਟ ਪਾਉਣੇ ਆ। ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਸੀਂ ਕਿਵੇਂ ਪਹਿਲੇ ਲੜ ਦੇ ਵਿੱਚ ਵੱਟ ਪਾਏ ਹਨ, ਜੇ ਪਹਿਲੇ ਲੜ ਦੇ ਵਿੱਚ ਵੱਟ ਨਹੀਂ ਪਾਉਣਾ ਚਾਹੁੰਦੇ ਤੁਸੀਂ ਨਹੀਂ ਵੀ ਪਾ ਸਕਦੇ, ਸਿੰਪਲ ਲੜ ਵੀ ਲਾ ਲਓ। ਪਰ ਪਹਿਲਾ ਲੜ ਟਾਈਟ ਲਾਇਓ, ਬਿਲਕੁਲ ਢਿੱਲਾ ਲੜ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਪਿੱਛੋਂ ਵੀ ਸ਼ੇਪ ਚੈੱਕ ਕਰ ਸਕਦੇ ਪਿੱਛੋਂ ਕਿਵੇਂ ਲੜ ਮੋੜ ਕੇ ਲਿਆਉਣਾ। ਜੇ ਨਹੀਂ ਸਮਝ ਆਇਆ ਤਾਂ ਪਿੱਛੇ ਇੱਕ ਵਾਰੀ ਫਿਰ ਰਿਵਰਸ ਕਰ ਸਕਦੇ ਵੀਡੀਓ ਨੂੰ, ਅਤੇ ਪਿੱਛੇ ਬੈਕ ਕਰ ਜਾ ਕੇ ਦੇਖ ਸਕਦੇ ਹੋ। ਥੱਲੇ ਵਾਲੀ ਪੱਲਾ ਖਿੱਚ ਲੈਣਾ ਆਪਾਂ, ਨੀਚੇ ਦੋ ਪੱਲਿਆਂ ਦੇ ਵਿੱਚ ਆਪਾਂ ਵੱਟ ਪਾਵਾਂਗੇ। ਉੱਪਰੋਂ ਸਟਾਰਟ ਕਰਨਾ, ਸਿੰਪਲ ਸਿਰਫ ਇੱਕ ਪੱਲਾ ਹੱਥ 'ਚ ਫੜਨਾ, ਧਿਆਨ ਨਾਲ ਫੜਨਾ, ਕਿ ਕਈ ਵਾਰ ਕੀ ਹੁੰਦਾ ਦੋ ਪੱਲੇ ਨਾਲ ਚਿਪਕ ਜਾਂਦੇ, ਉਹਦੇ ਕਰਕੇ ਲੜ ਮੋਟਾ ਹੋ ਜਾਂਦਾ, ਸਾਡੇ ਬਰੀਕ ਵੱਟ ਨਹੀਂ ਪੈਂਦੇ। ਹਾਂ ਦੇਖੋ, ਜਿਵੇਂ ਕਿ ਆਪਾਂ ਪਾਵਾਂਗੇ ਸਿੰਪਲ ਇੱਕ ਪੱਲਾ ਉੱਪਰ ਵਾਲਾ ਕੱਲਾ ਫੜ ਕੇ ਉਹਦੇ ਨਾਲ ਵੱਟ ਪਾਉਣੇ ਆ ਅਸੀਂ। ਪੂਰੇ ਆਰਾਮ ਨਾਲ ਕਰਨਾ, ਇੱਕ ਪੱਲਾ ਫੜਨਾ ਜੀ। ਦੇਖੋ ਜਿਵੇਂ ਸਾਡੇ ਦੋ ਪੱਲੇ ਆਏ ਸੀ, ਅਸੀਂ ਵਿੱਚ ਹੱਥ ਪਾ ਕੇ ਇੱਕ ਪੱਲਾ ਫੜਾਂਗੇ। ਤੁਸੀਂ ਵੀ ਇੰਜ ਹੀ ਕਰਿਓ, ਜੇ ਤੁਹਾਡੇ ਦੋ ਪੱਲੇ ਨਹੀਂ ਆ ਰਹੇ ਤਾਂ ਇੱਕ ਵਾਰੀ ਪਿੱਛੇ ਹੱਥ ਮਾਰ ਦਿੱਤਾ ਤਾਂ ਇੱਕ ਇੱਕ ਪੱਲਾ ਹੋ ਜਾਏਗਾ। ਇੱਕ ਇੱਕ ਪੱਲਾ ਫੜਨਾ, ਜਿੰਨੇ ਵੀ ਅੱਜ ਪੱਲੇ ਆਉਂਦੇ ਸਾਰੇ ਫੜ ਲੈਣੇ ਇੱਕ ਵਾਰ 'ਚ। ਕੀ ਵੀ ਕਹਿੰਦੇ ਕਿ ਆਪਾਂ ਜੇ ਪੱਲੇ ਫੜਦੇ ਸਾਡੀ ਪੂਣੀ ਖੁੱਲ ਜਾਂਦੀ, ਵੀ ਜੇ ਐਵੇਂ ਨਹੀਂ ਖੁੱਲਦੀ ਇੱਕ ਵਾਰੀ ਟਰਾਈ ਕਰਿਓ, ਕੋਸ਼ਿਸ਼ ਕਰੋ ਤਾਂ ਚੈੱਕ ਕਰਕੇ ਦੇਖਿਓ, ਨਹੀਂ ਪੂਣੀ ਖੁੱਲਦੀ ਇਸ ਚੱਕਰ 'ਚ। ਹੁਣ ਜਿਹੜੇ ਪੱਲੇ ਅੰਦਰ ਵੜ ਗਏ ਵੱਟ, ਉਹਨਾਂ ਨੂੰ ਬਾਹਰ ਕੱਢਾਂਗੇ, ਚੰਗੀ ਤਰ੍ਹਾਂ ਸੈੱਟ ਕਰਾਂਗੇ। ਹੁਣ ਲੜ ਟਿਕਾਉਣ ਵਾਸਤੇ ਦੇਖੋ ਇੱਕ ਵਾਰੀ ਫਿਰ ਤੋਂ ਉੱਪਰ ਫੜਾਂਗੇ, ਸਾਰੇ ਇੱਕੋ ਜਗ੍ਹਾ 'ਤੇ ਨਾ ਇਕੱਠੇ ਕਰ ਦਾਂਗੇ ਵੱਟਾਂ ਨੂੰ, ਜਿਹੜੇ ਅੰਦਰ ਵੜ ਗਏ ਉਹਨਾਂ ਦਾ ਵੀ ਬਾਹਰ ਕੱਢ ਲਾਂਗੇ, ਸਾਰੇ ਸੈੱਟ ਕਰ ਲੈਣੇ ਇੱਕ ਵਾਰੀ ਆਪਾਂ। ਇਸੇ ਤਰ੍ਹਾਂ ਤੁਸੀਂ ਬੰਨੇ ਹੋ ਸਾਰੇ ਚੰਗੀ ਤਰ੍ਹਾਂ ਫੜ ਕੇ ਇੱਕੋ ਜਗ੍ਹਾ 'ਤੇ ਲੜਨ ਨੂੰ ਲਾ ਦੇਣਾ, ਅਤੇ ਆਪਣੇ ਵੱਟ ਜਿਹੜੇ ਅੰਦਰ ਵੜ ਗਏ ਉਹਨਾਂ ਨੂੰ ਬਾਹਰ ਖਿੱਚ ਲੈਣਾ। ਚੰਗੀ ਤਰ੍ਹਾਂ ਆਪਣੇ ਹੱਥਾਂ ਦੀ ਮਦਦ ਨਾਲ ਆਪਾਂ ਵੱਟ ਪਾਵਾਂਗੇ, ਜੇ ਥੱਲੇ ਉੱਪਰ ਪੱਲੇ ਵੜ ਜਾਂਦੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਾਹਰ ਖਿੱਚਣਾ, ਵੱਟ ਕਰੇਟ ਕਰਾਂਗੇ। ਜੇ ਤੁਸੀਂ ਵੱਟਾਂ ਵਾਲੀ ਪੌਣੀ ਦੀ ਵੀਡੀਓ, ਸਾਡੀ ਇੱਕੋ ਹੀ ਪੌਣੀ ਦੀ ਵੀਡੀਓ ਪਿੱਛੇ ਪਈ ਹੈ ਚੈਨਲ ਦੇ ਵਿੱਚ, ਉਹ ਰਾਊਂਡਡ ਕੋਈ ਵੀ ਪੱਗ ਦੇ ਵਿੱਚ ਬਣ ਸਕਦੇ ਆ। ਅੰਮ੍ਰਿਤਸਰੀ ਜੇ ਤੁਸੀਂ ਡਬਲ ਲੜੀ ਪੱਗ ਦੀ ਵੀਡੀਓ ਚੈੱਕ ਕਰਨਾ ਚਾਹੁੰਦੇ ਤਾਂ ਉਹ ਵੀ ਸਾਡੇ ਚੈਨਲ ਦੇ ਉੱਤੇ ਪਈਆਂ ਹਨ। ਹਰੇਕ ਟਾਈਪ ਦੀ ਦਸਤਾਰ ਦੀ ਵੀਡੀਓਸ ਪਈਆਂ ਹਨ ਚੈਨਲ 'ਤੇ, ਇੱਕ ਵਾਰ ਜਾ ਕੇ ਚੈੱਕ ਕਰਿਓ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੇ ਚੈਨਲ 'ਤੇ। ਅਤੇ ਸਬਸਕ੍ਰਾਈਬ ਕਰ ਲਿਓ, ਹੋਰ ਵੀ ਬਹੁਤ ਵਧੀਆ ਵਧੀਆ ਵੀਡੀਓਸ ਆਉਣਗੀਆਂ ਚੈਨਲ 'ਤੇ, ਵਲੋਗਸ ਆਉਣਗੇ, ਇਸ ਲਈ ਚੈਨਲ 'ਤੇ ਬਣੇ ਰਹੋ। ਅਤੇ ਆਪਣੇ ਹੋਰ ਵੀ ਕੀ ਯਾਰ ਦੋਸਤਾਂ ਨੂੰ ਸ਼ੇਅਰ ਕਰੋ, ਜੇ ਵੱਟਾਂ ਵਾਲੀ ਪੱਗ ਸਿੱਖਣਾ ਚਾਹੁੰਦੇ ਹਨ ਇਹ ਵੀਡੀਓ ਉਹਨਾਂ ਤੱਕ ਪਹੁੰਚਾਓ, ਅਤੇ ਵੀਡੀਓ 'ਚ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਇੱਕ ਪੱਲਾ ਬਾਹਰ ਕੱਢਿਆ ਜਾ ਰਿਹਾ, ਕੋਈ ਪੱਲਾ ਆਪਾਂ ਅੰਦਰ ਨਹੀਂ ਛੱਡਾਂਗੇ, ਇੱਕ ਇੱਕ ਪੱਲੇ ਨੂੰ ਬਾਹਰ ਖਿੱਚ ਕੇ ਵੱਟ ਕਰੇਟ ਕਰਾਂਗੇ।
ਤੁਹਾਨੂੰ ਹਜੇ ਸਟਾਰਟਿੰਗ ਦੇ ਵਿੱਚ ਵੱਟ ਘੱਟ ਲੱਗਣਗੇ, ਜਦ ਤੁਸੀਂ ਅੱਖ 'ਚ ਚੈੱਕ ਕਰੋਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਵੱਟ ਬਣ ਜਾਣਗੇ। नैक्सट पल आ चुका है। आप जे मैं चाहवा तो वीडियो से थोड़ी बिटी कट भी सकता क्योंकि वीडियो बहुत लंबी हो जाती है, पर मैं चाहता तो तक हर एक गल तुम क्लीयर हो सके कि किस तरह आप पग बननी है। मैं वीडियो बिल्कुल भी नहीं कट्टी कि तुम सारा कुछ डिटेल दे मैं समझा सकता। पिछों लड़ लिया साफ करते हुए अपने हत्थों की मदद ना पिंच तो चेक कर सकते किमें किया उसी जगह तो दोबारा फिर एक बार पिंच किया। थले वाली पन्नी काट लाँगे कल पल्ला और फिर सेम ट्रिक वरतेंगे, उपर सिर्फ उपर वाला पन्ना फड़ांगे, देख सकते हो जिवें वीडियो दे विच उपर वाला पन्ना फड़े आपां, उहदे विच सारे बट क्रिएट करांगे, फिर नीचे वाले पल्ले ते आ जाएंगे। जिन्हें अच आते 10, 8 जिन्हें भी 12 आते हो जिन्हें भी आते हो तो अपने हाथ फड़ लेने तुसीं, फिर एक जगह तो इकट्ठा करके फिर अपनी हत्थों की मदद न जिड़े अंदर वट वड़ गए हैं उन्होंने बाहर क्ढा तो रू फुल वाल कपड़ा है जी। 5.5 मीटर दस्तार है तो नीचे जो बेस बनया सू सा चैनल के मिल जाएगी, जाके चेक करो बेस की वीडियो चैनल पर पई हुई है। एक एक पल्ला बाहर क्ढा कोई पल्ला अंदर नहीं रहना चाहिए, तुम भी अपने ध्यान ना दस्तार बनो। देखो भी जिनी तुम प्रैक्टिस करोगे दस्तार बनने की उन्नी थोड़ी निखर के पग आएगी। प्रैक्टिस मेक मैन परफेक्ट जो कि कहावत सुनी होगी, तुम प्रैक्टिस करो थोड़ी बहुत ही वधिया दस्तार आएगी। जो कि देख ही सकते किन्ने सोहने निखर के वट साढ़े आ चुके हैं, तुम भी इंज इसी तरह दस्तार बनने हो। मैं आस करता थोड़ी भी दस्तार साड़ी वीडियो देख के वधिया आएगी, वट वधिया पैणगे। तो जिन्होंने 5 लड़ी पग नहीं आती वो वीडियो साढ़े चैनल पर पई हैं, जो स्टार्टिंग कर रहे मतलब दस्तार बनने की 5 लड़ी पग तो स्टार्ट कर रहे वो वीडियो पई हैं। बिगनर्स वास्ते ही दस्तार की वीडियो पई है, चैक करो जाके 5 लड़ी दस्तार की वीडियो चैनल पर पई हैं। तो सबसक्राइबर बहुत घट है यार, चैनल सबसक्राइब कर दौ पिछो एको जगह तो कट दौ लड़न जो कि वीडियो देख रहे हो। नीचे वाला पल्ला खिंच लाँगे फिर तो एक पहले सब तो पहले उपरों साफ करा लड़न, फिर नीचे वाला पल्ला खिंच के हर लड़ के आप सेम ट्रिक वरतनी है जी। नीचे वाला पल्ला खिंचना है इस ना कि होंगे ज़्यादा वट सू पान मिल जाएंगे दस्तार। तो वीडियो किदा ही लग रही है कमेंट करके जरूर दस्यो, तो की कुछ सीखने को मिले वीडियो के कोई भी तुम्हें परेशानी हो दस्तार बनने के बच्चे तुम सू कमेंट कर सकते हो या तो इंस्टाग्राम से सू मैसेज कर सकते हो, असं उस वीडियो से भी थोड़े उस टाइटल से भी थोड़े लिए वीडियो लेके आवेंगे। जो तुम परेशानी आ रही होगी दस्तार बनने के तुहाडी हर एक प्रॉब्लम असं सोल्व करने की पूरी कोशिश करा, तुम सू मैसेज कर सकते हो कुछ भी तुम प्रॉब्लम हो या तो तुम किसी होर टाइटल की वीडियो चाहिए है तो असं जल्दी ही लैके आवेंगे थोड़े लिए वीडियोज़ भी। चंकी तो बट चंकी तो लड़ा जो अंदर बड़े हैं चंकी तो बाहर कट के एक जगह से सारे आखिर तक कटने हैं जी। जिम्मे कि देख रहे हो मैं आखिर तक सारे लड़ा कट रहा बार तक, तुम भी इसी तरह करो। हूँ उपरों का शेप नहीं बन रही थी मोटाई आ रही थी तो आप सारे लड़ा ना एक बार फट के इको जगह तो कट देंगे, जैसे तो वीडियो दे देख रहे हो फट के इको जगह तो कट देंगे। देख सकते हो जिमें कि वट बहुत ही सोने पै चुके हैं। तो फिर इस तरह दस्तार की वीडियो थोड़े तक जल्दी ही लैके हाजिर होवे।
ਬਹੁਤ ਕੀ ਵੀਡੀਓਸ ਅਜੇ ਆਉਣ ਵਾਲੀਆਂ ਹਨ ਚੈਨਲ 'ਤੇ, ਬਣੇ ਰਹੋ ਚੈਨਲ 'ਤੇ, ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲੇ ਮਿਲ ਸਕਣ ਸਾਡੇ ਹਰ ਵੀਡੀਓ ਦੇ, ਅਤੇ ਇਸ ਬੈਲ ਆਈਕਨ ਕਲਿੱਕ ਕਰ ਲਿਓ, ਹਰ ਇੱਕ ਪੱਲੇ ਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਚੁੱਕੇ ਹਾਂ, ਅਤੇ ਹੁਣ ਇਹ ਵਾਲਾ ਪੱਲਾ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ, ਹੁਣ ਚੰਗੀ ਤਰ੍ਹਾਂ ਇਸ ਪੱਲੇ ਨੂੰ ਸਾਫ਼ ਕਰਕੇ ਅਗਲਾ ਪੱਲਾ ਲਾਵਾਂਗੇ। ਜਿੰਨੀ ਦੇਰ ਤੱਕ ਤੁਹਾਡਾ ਇਹ ਵਾਲਾ ਪੱਲਾ ਸਾਫ਼ ਨਹੀਂ ਹੋ ਜਾਂਦਾ ਨਾ ਯਾਰ, ਉਨੀ ਦੇਰ ਤੱਕ ਅਗਲਾ ਪੱਲਾ ਨਾ ਲਾਇਓ, ਨਹੀਂ ਤਾਂ ਫਿਰ ਬਾਅਦ 'ਚ ਪਰੇਸ਼ਾਨੀ ਆਉਂਦੀ ਹੈ ਲੜ ਸਾਫ਼ ਕਰਨ ਦੇ। ਇਹ ਟ੍ਰਿਕ ਹੈ ਜੀ, ਜਿਹੜਾ ਪੱਲਾ ਲਾ ਰਹੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ, ਉਸ ਤੋਂ ਬਾਅਦ ਕੀ ਆ ਅਗਲਾ ਲੜ ਲਾਉਣਾ। ਇਹਦੇ ਨਾਲ ਕੀ ਹੋਏਗਾ ਜੀ, ਪੱਗ ਸੈੱਟ ਰਹੇਗੀ, ਕਿਉਂਕਿ ਫਿਰ ਤੁਹਾਨੂੰ ਵਾਰ ਵਾਰ ਲੜਨੇ ਖੋਲ੍ਹਣੇ ਪੈਣਗੇ। ਹੁਣ ਅਗਲਾ ਪੱਲਾ ਲਾਵਾਂਗੇ ਆਪਣਾ, ਪਹਿਲਾਂ ਨੀਚੋਂ ਗੱਠ ਖੋਲ੍ਹ ਲੈਣੀ ਹੈ ਦਸਤਾਰ ਦੀ। ਇਹ ਦਸਤਾਰ ਦੇ ਆਪਾਂ ਗੱਠ ਤਾਂ ਮਾਰਦੇ ਹਾਂ ਕਿ ਸਾਡੀ ਆਖਿਰ ਤੱਕ ਪੂਣੀ ਟਿਕੀ ਰਹੇ, ਇਹਦੇ ਨਾਲ ਕੀ ਹੁੰਦਾ ਜੀ ਪੂਣੀ ਨਹੀਂ ਖੁੱਲ੍ਹਦੀ। ਇਹ ਤੁਹਾਨੂੰ ਪੂਣੀ ਦੀ ਵੀਡੀਓ ਦੇ ਉੱਤੇ ਚੈੱਕ ਕਰੋਗੇ ਸਾਡੇ ਚੈਨਲ ਦੇ ਵਿੱਚ, ਉਸਦੇ ਬਹੁਤ ਕੁਝ ਦੱਸਿਆ ਹੋਇਆ ਪੂਣੀ ਕਿਵੇਂ ਕਰਨੀ ਹੈ ਅਤੇ ਕੀ ਟ੍ਰਿਕਸ ਵਰਤਣੀ ਹੈ, ਸਾਰਾ ਕੁਝ ਤੁਹਾਨੂੰ ਦੱਸਿਆ ਗਿਆ ਉਸ ਵੀਡੀਓ ਦੇ ਵਿੱਚ, ਦੇਖਿਓ ਚੈੱਕ ਕਰਿਓ ਜਾ ਕੇ ਚੈਨਲ 'ਤੇ ਇੱਕ ਵਾਰੀ। ਅਤੇ ਨੈਕਸਟ ਪੱਲਾ ਆ ਚੁੱਕਾ, ਪਹਿਲਾਂ ਤਾਂ ਉੱਪਰ ਤੱਕ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ, ਉਸ ਤੋਂ ਬਾਅਦ ਇਹ 'ਚੋਂ ਵੀ ਆਪਾਂ ਥੱਲੇ ਵਾਲਾ ਪੰਨਾ ਕੱਢਾਂਗੇ, ਹਰ ਇੱਕ ਲੜ ਦੇ ਵਿੱਚ ਆਪਾਂ ਥੱਲੇ ਵਾਲਾ ਪੰਨਾ ਕੱਢਣਾ। ਇਹ ਸਾਡਾ ਲਾਸਟ ਸਿੰਗਲ ਲੜ ਹੈ ਜੀ, ਮਤਲਬ ਲਾਸਟ ਲੜ ਹੀ ਕਹਿ ਸਕਦੇ ਹਾਂ, ਆਖਰੀ ਤਾਂ ਕਲਗੀ ਵਾਲਾ ਲੜ ਹੁੰਦਾ। ਇਹ ਸਾਡਾ ਲਾਸਟ ਲੜ ਹੈ, ਇਹਦੇ ਵਿੱਚ ਜਾਂ ਤਾਂ ਤੁਸੀਂ ਸਿੰਪਲ ਲੜ ਵੀ ਲਾ ਸਕਦੇ ਸਿੱਧਾ, ਅਤੇ ਜੇ ਵੱਟ ਕ੍ਰੀਏਟ ਕਰਨਾ ਚਾਹੁੰਦੇ ਤਾਂ ਵੱਟ ਵੀ ਕ੍ਰੀਏਟ ਕਰ ਸਕਦੇ। ਅਸੀਂ ਵੱਟ ਕ੍ਰੀਏਟ ਕਰਕੇ ਲਾਵਾਂਗੇ ਲੜਨ, ਇੱਕ ਦੋ ਜਿੰਨੇ ਵੱਟ ਆਉਂਦੇ ਹੱਥ 'ਚ ਫੜ ਲੈਣੇ, ਦੋ ਤਿੰਨ ਚਾਰ ਪੰਜ ਛੇ, ਆਖਰੀ ਲੜ ਦੇ ਵਿੱਚ ਆਪਾਂ 6 ਲੜ ਫੜੇ ਹਨ। ਹੁਣ ਇਹਨਾਂ ਨੂੰ ਆਖਿਰ 'ਚ ਜਾ ਕੇ ਚੰਗੀ ਤਰ੍ਹਾਂ ਖਿਲੇਰ ਲੈਣਾ। ਹੁਣ ਇੱਕ ਇੱਕ ਜਿਹੜਾ ਅੰਦਰ ਲੜ ਵੜ ਚੁੱਕਾ ਵੱਟ, ਉਹਨੂੰ ਬਾਹਰ ਕੱਢਾਂਗੇ ਚੰਗੀ ਤਰ੍ਹਾਂ ਲੜ ਸਾਫ਼ ਕਰਕੇ, ਉੱਪਰ ਤੱਕ ਮਤਲਬ ਲਿਆਉਣਾ ਹੈ, ਜੇ ਉੱਪਰ ਇੱਕੋ ਕਰ ਲੈਣਾ ਜੀ। ਹੁਣ ਇੱਕ ਵਾਰੀ ਦੁਬਾਰਾ ਕਰਾਂਗੇ ਕਿਉਂਕਿ ਮੋਟਾਈ ਜ਼ਿਆਦਾ ਆ ਗਈ ਸੀ। ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਵਾਸਤੇ ਆਪਾਂ ਕੀਤਾ ਜੀ ਦੁਬਾਰ ਤੋਂ ਸਾਰੇ ਪੱਲੇ ਇੱਕ ਵਾਰੀ ਫੜ ਕੇ ਕੀਤਾ ਸਾਫ਼, ਮਤਲਬ ਇੱਕੋ ਜਗ੍ਹਾ ਤੋਂ ਕੱਢਿਆ ਆਪਾਂ ਪੱਲਿਆਂ ਨੂੰ। ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਲੜਾਂ ਨੂੰ ਲੜ ਲਾ ਦਾਂਗੇ ਜੀ ਸਲਾਈ ਦੀ ਮਦਦ ਨਾਲ, ਜਿਹੜੇ ਜਿਹੜੇ ਲੜ ਢਿੱਲੇ ਹਨ ਬਾਹਰ ਹਨ ਉਹਨਾਂ ਨੂੰ ਅੰਦਰ ਵਾੜ ਲਾਂਗੇ ਸਲਾਈ ਦੀ ਮਦਦ ਨਾਲ ਅਸੀਂ। ਅਤੇ ਚੰਗੀ ਤਰ੍ਹਾਂ ਆਪਣੇ ਲੜ ਸਾਫ਼ ਹੋ ਚੁੱਕੇ, ਵੱਟ ਚੈੱਕ ਕਰ ਸਕਦੇ ਹੋ ਤੁਸੀਂ, ਪਿੱਛੋਂ ਵੀ ਆਪਣੇ ਪੱਲੇ ਸਾਫ਼ ਹੋ ਚੁੱਕੇ ਹਨ, ਇਹ ਤੁਸੀਂ ਵੀ ਸਾਫ਼ ਚੰਗੀ ਤਰ੍ਹਾਂ ਕਰਦੇ ਹਨ। ਅਤੇ ਛੋਟਾ ਸ਼ੀਸ਼ਾ ਹੁੰਦਾ ਘਰ ਦੇ ਵਿੱਚ, ਉਹਦੇ ਨਾਲ ਅਸੀਂ ਆਪਣੇ ਪਿੱਛੇ ਵਾਲੇ ਸਾਰੇ ਪੱਲੇ ਚੈੱਕ ਕਰ ਸਕਦੇ ਹਨ। ਤੁਸੀਂ ਵੀ ਚੰਗੀ ਤਰ੍ਹਾਂ ਪਿੱਛੋਂ ਵੀ ਬੈਕ ਸ਼ੇਪ ਆ ਸਾਫ਼ ਆਉਣੀ ਚਾਹੀਦੀ, ਪਿੱਛੋਂ ਬੈਕ ਸ਼ੇਪ ਵਧੀਆ ਹੋਏਗੀ ਤਾਂ ਪੱਗ ਦੀ ਲੁੱਕ ਪਿੱਛੋਂ ਵੀ ਬਹੁਤ ਸੋਹਣੀ ਲੱਗੇਗੀ। ਪਿੱਛੇ ਲੜ ਪਾ ਲੈਣਾ ਆਪਾਂ ਵਿੱਚ, ਪਹਿਲੇ ਪਿੱਛੇ ਸਿਰ ਕਵਾ ਕਰਾਂਗੇ ਆਪਾਂ, ਉਸ ਤੋਂ ਬਾਅਦ ਹੀ ਕਲਗੀ ਵਾਲਾ ਲੜ ਲਾਵਾਂਗੇ। ਪਿੰਨ ਲਾ ਲਾਂਗੇ ਪਹਿਲੇ ਸੈਂਟਰ ਵਿੱਚ ਨੱਕ ਦੀ ਸੀਟ 'ਤੇ, ਅਤੇ ਚੰਗੀ ਤਰ੍ਹਾਂ ਪਹਿਲੇ ਲੜਨ ਨੂੰ ਸਾਫ਼ ਕਰਕੇ ਉੱਪਰ ਤੱਕ। ਹੁਣ ਕਲਗੀ ਵਾਲਾ ਲੜ ਲਾਵਾਂਗੇ ਦੋਨੋਂ ਪਾਸੇ ਬਾਅਦ ਚੰਗੀ ਤਰ੍ਹਾਂ ਫੋਲਡ ਕਰਕੇ, ਜਿਹੜੀ ਵੀਡੀਓ ਦੇ ਦੇਖ ਰਹੇ ਹੋ। ਅਤੇ ਕਿੱਦਾਂ ਜੀ ਲੱਗੀ ਵੀਡੀਓ ਕਮੈਂਟ ਕਰਕੇ ਜ਼ੋਰ ਦੱਸਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਕਲਿੱਕ ਕਰ ਲਿਓ, ਕਿਉਂਕਿ ਹੋਰ ਵੀ ਬਹੁਤ ਵਧੀਆ ਵਧੀਆ ਵੀਡੀਓਸ ਆਉਣਗੀਆਂ ਅਜੇ ਚੈਨਲ 'ਤੇ ਅੱਗੇ। ਚੰਗੀ ਤਰ੍ਹਾਂ ਲੜਨ ਨੂੰ ਸਾਫ਼ ਕਰਦੇ ਹੋਏ, ਅਤੇ ਹੁਣ ਇੱਕ ਵਾਰੀ ਆਪਾਂ ਸਲਾਈ ਫੇਰ ਦਾਂਗੇ, ਸਲਾਈ ਆਪਾਂ ਫੇਰਾਂਗੇ ਕਿ ਆਪਣੇ ਲੜ ਸੈੱਟ ਹੋ ਜਾਣਾ। ਜੇ ਕਈ ਵਾਰੀ ਇੱਕ ਜਗ੍ਹਾ 'ਤੇ ਨਾ ਲੜ ਬਾਹਰ ਉੱਭਰ ਕੇ ਆਉਂਦਾ, ਉਸ ਨਾਲ ਕੀ ਹੁੰਦਾ ਸਹੀ ਸ਼ੇਪ ਖਰਾਬ ਕਰਦਾ ਹੈ ਦਸਤਾਰ ਦੀ, ਇਸ ਆਪਾਂ ਸਲਾਈ ਫੇਰ ਲਾਂਗੇ ਕਿ ਲੜ ਇੱਕ ਚੰਗੀ ਤਰ੍ਹਾਂ ਲੜ ਪਿੰਨ ਸੈਂਟਰ 'ਚ ਰੱਖਦੇ ਹੋਏ। ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਪਿੰਨ ਲੜ ਲਾ ਦਾਂਗੇ।
ਅਤੇ ਵੀਰੋ ਵੱਟ ਕਿੱਦਾਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਤੁਹਾਨੂੰ ਕੀ ਕੀ ਸਿੱਖਣ ਨੂੰ ਮਿਲਿਆ ਵੀਡੀਓ ਦੇ ਵਿੱਚ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਵੀ ਅੱਗੇ ਯਾਰ ਦੋਸਤਾਂ ਨੂੰ ਆਪਣੇ ਸ਼ੇਅਰ ਕਰੋ ਕਿ ਜਿਹੜੇ ਦਸਤਾਰ ਸਿੱਖਣਾ ਚਾਹੁੰਦੇ ਹਨ ਬਰੀਕ ਬੱਟਾ ਵਾਲੀ ਪੱਗ ਵਿਦਆਊਟ ਪਿੰਨ ਜੇਕਰ ਤੁਸੀਂ ਵੀਡੀਓ ਦੇਖ ਰਹੇ ਮੈਂ ਕੋਈ ਵੀਡੀਓ ਨਹੀਂ ਕੱਟੀ ਬਿਨਾਂ ਪਿੰਨ ਦੀ ਮਦਦ ਤੋਂ ਅਸੀਂ ਵੱਟ ਪਾਏ ਹਨ ਮੈਕਸੀਮਮ ਵੱਟ ਪਾਏ ਹਨ ਉੱਪਰੋਂ ਚੰਗੀ ਤਾਂ ਪਹਿਲੇ ਉੱਪਰ ਸਾਫ ਕਰ ਲਵਾਂਗੇ ਕਲਗੀ ਵਾਲਾ ਲੜ ਵੀ ਜੇਕਰ ਤੁਸੀਂ ਦੇਖ ਰਹੇ ਹੋ ਥੋੜ੍ਹਾ ਜਿਹਾ ਲੜ ਪਰ ਬਾਹਰ ਨਿਕਲ ਕੇ ਸਾਫ ਨਹੀਂ ਹੋਇਆ ਤਾਂ ਆਪਾਂ ਸਿਲਾਈ ਦੀ ਮਦਦ ਨਾਲ ਇਹਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਇਹਨੂੰ ਆਪਾਂ ਲੜ ਨੂੰ ਅਤੇ ਪਿੰਨ ਵੀ ਕਈ ਵਾਰ ਮੁੜ ਜਾਂਦੀ ਹੈ ਤਾਂ ਫਿਰ ਪਿੰਨ ਆਪਾਂ ਸੈੱਟ ਲੈ ਕੇ ਸਿੱਧੀ ਪਲੇਨ ਪਿੰਨ ਲੈ ਕੇ ਉਹਨੂੰ ਲਾ ਦਾਂਗੇ ਲੜ ਸੈੱਟ ਕਰਨ ਤੋਂ ਬਾਅਦ ਇੱਕ ਵਾਰ ਆਪਾਂ ਛੋਟਾ ਸ਼ੀਸ਼ਾ ਲੈ ਕੇ ਤੁਹਾਨੂੰ ਦਿਖਾ ਰਹੇ ਵੀਡੀਓ 'ਚ ਕਿ ਆਪਾਂ ਪਿੱਛੋਂ ਵੀ ਆਪਾਂ ਇਸ ਤਰ੍ਹਾਂ ਲੜ ਸਾਫ ਕਰ ਲਿਓ ਸਾਡੇ ਚੰਗੀ ਤਰ੍ਹਾਂ ਲੜ ਸਾਫ ਹੋ ਚੁੱਕੇ ਹਨ ਤੁਸੀਂ ਇੱਕ ਛੋਟਾ ਸ਼ੀਸ਼ਾ ਘਰ ਦੇ ਵਿੱਚ ਹੋਏਗਾ ਅਤੇ ਉਹ ਲੈ ਕੇ ਤੁਸੀਂ ਆਪਣੇ ਵੀ ਲੜ ਸੈੱਟ ਕਰ ਲਿਓ ਅਤੇ ਆਖਰੀ ਵਾਲੇ ਕਲਗੀ ਵਾਲੇ ਲੜ 'ਚ ਵੀ ਆਪਾਂ ਵੱਟ ਪਾ ਚੁੱਕੇ ਹਾਂ ਅਤੇ ਕਿਹੋ ਜਿਹੇ ਲੱਗੇ ਵੱਟ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬੈਕਸ਼ੇਪ ਚੈੱਕ ਕਰੋ ਸਾਡੀ ਦਸਤਾਰ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਏ ਕੁਛ ਨਹੀਂ ਸਮਝ ਆਇਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ 'ਤੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਕਲਿੱਕ ਕਰ ਲਿਓ ਕਿਉਂਕਿ ਹੋਰ ਵੀ ਬਹੁਤ ਵਧੀਆ ਵਧੀਆ ਵੀਡੀਓ ਸਾਡੇ ਚੈਨਲ 'ਤੇ ਆਉਣ ਲੱਗੀਆਂ ਹਨ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਵਲੋਗ ਦੇ ਵਿੱਚ ਅਤੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।